इस तरीके दे नाल उन्हां वल्लों जारी रहणगे। मकसद इक्को इक है, खेती कानून रद्द करवाउणा। कैमरा परसन बोबी दे नाल वरुण सगड़, दैनिक सवेरा टीवी लुधियाना। सौ हल्कों की यात्रा के तहत अज सुखबीर बादल लुधियाना सानिया वाले हल्के के दौरे पर ने, जिथे अज उन्हां वल्लों वक् वक् प्रोग्राम के तहत जिहड़े ने आयोजित किए गए हैं, ते अज पब्लिक मीटिंगां दा आयोजन है। वह दूजे पासे किसान वड्डी गिनती दे विच अज उन्हां दा विरोध करन दे लई देख सकदे हो रस्ता घिरे हुए बैठे हुए ने। सो एक बार तस्वीरां दिखाना चाहांगा, कैमरा परसन नूं कहांगा कि चार चुफेरे एक बार तस्वीरां दिखाइयां जाण। जिक्रयोग है कि इत्थों तकरीबन 2 किलोमीटर की दूरी पर ही सुखबीर बादल का जिहड़ा अज पब्लिक मीटिंग का आयोजन है, जिथे मत्तेवाड़ा दाणा मंडी दे विच प्रोग्राम अज रखिया गया है, उत्थे उह पहुंचन दे लई यही रस्ते तो जाणगे। अगे से ओ रस्ते दे विच अज किसान देख सकदे हो वड्डी गिनती च इकट्ठे हो के विरोध प्रदर्शन करदे होए नज़र आ रहे ने। सो हत्थां दे विच काले झंडे किसानां दा रोष है जिहड़ा उहनां दे मन दे विच ओह व्यक्त करन दे लई अज रस्ता घेर के बैठे होए ने। सो किसानां नाल वी गल्लबात करांगे, उहनां दे नाल की कहिंदे ने अज सुखबीर बादल लुधियाना रैली दे ने। तुसीं अज रस्ता घेर के बैठे हो, की कहना चाहुंदे हो, किस तरह दा विरोध प्रदर्शन तुहाडे वल्लों कीता जा रिहा? वाहिगुरु जी का खालसा, वाहिगुरु जी की फतेह। जदों पील दलील ते वकील ना दी कोई चीज़ ना रवे, उदों फिर जिहड़े हक ने उहनां हक लैण दे आप फैसले करने पैंदे ने। तुहानूं याद होवेगा कि जदों सेंटर दे विच ਇਹ ਸੁਖਬੀਰ ਬਾਦਲ ਦੀ ਘਰਵਾਲੀ ਜਿਹੜੀ ਉਹ ਮੰਤਰੀ ਸੀ, ਸੁਖਬੀਰ ਬਾਦਲ ਜਿਹੜਾ ਉਹ MP ਆ, ਇਹਨਾਂ ਨੇ ਜਦੋਂ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਲਿਆਂਦੇ, ਉਸ ਟਾਈਮ ਇਹਨਾਂ ਦਾ ਅਕਾਲੀ ਭਾਜਪਾ ਦਾ ਗੱਠਜੋੜ ਸੀ। ਇਹਨਾਂ ਨੇ ਉਸ ਗੱਠਜੋੜ ਦੇ ਵਿੱਚ ਉਹ ਸਹਿਨ ਕੀਤੇ ਆ। ਇਹਨਾਂ ਨੇ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਜਦੋਂ ਆਉਂਦੇ ਉਹਨਾਂ ਦੇ ਸੋਲੇ ਗਾਏ ਆ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ 10 ਮਹੀਨਿਆਂ ਤੋਂ किसान जिहड़ा सड़कां ते रुल रहा, ओह उहदे 500 तो 600 तो वध जिहड़े किसान आ ओह सिद्धि प्राप्त कर गए। असीं सुखबीर तो पुछना चाहुंदे आ, जिहड़ा गुरु ग्रंथ साहिब दा भी कातल आ, जिहड़ा बहबल कलां 2 गोली कांड दे विच सिंह शहीद होया उहनां दा भी कातल आ, इह गुरु ग्रंथ साहिब दा भी दोषी आ, इह किसानां दा कातल आ। ਇਸ ਕਰਕੇ ਅਸੀਂ ਅੱਜ ਇਹਦਾ ਵਿਰੋਧ ਕਰ। ਜਿਹੜੀ 100 ਦਿਨ ਦੀ ਯਾਤਰਾ ਆ, 100 ਹਲਕਿਆਂ ਦੇ ਦੌਰਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਨੇ, ਪਬਲਿਕ ਮੀਟਿੰਗਾਂ ਕਰਨੀਆਂ, ਇਹ ਯਾਤਰਾ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਤੁਸੀਂ ਵੇਖੋ, ਇੱਕ ਕੰਧ ਤੋਂ ਲਿਖਿਆ ਪੜ੍ਹ ਲਓ, ਹਰ ਜਗ੍ਹਾ ਸੁਖਬੀਰ ਦਾ ਹੀ ਮੈਂ ਨਾ ਇੱਕ ਛੱਤਰ ਹੀ ਨਹੀਂ ਵੱਜ ਰਹੇ, ਬਾਕੀ ਸਭ ਕੁਝ ਹੋ ਰਿਹਾ। ਉਹ ਯਾਤਰਾ ਦੇ ਵਿੱਚ ਲੋਕ ਇਹਨਾਂ ਨੂੰ ਗੱਡੀਆਂ ਤੋਂ ਬਾਹਰ ਕੱਢ ਕੇ ਘੜੀਸਣਾ ਚਾਹੁੰਦੇ ਆ, ਤੇ ਉਹ ਐਸਾ ਦਿਨ ਤੁਹਾਡੇ ਸਾਹਮਣੇ ਆ ਜਾਣਾ। ਇਹ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੈ, ਇਹ ਜਿਹੜਾ ਸੁਖਬੀਰ ਤੇ ਇਹਦਾ ਪਰਿਵਾਰ ਆ, ਉਹਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ। ਦਿਲ ਜਿੱਤਣ ਆਏ ਨੇ ਲੋਕਾਂ ਦਾ, ਉਸ ਦੇ ਤਹਿਤ ਯਾਤਰਾ ਕਰ ਰਹੇ, ਕਿਸ ਤਰ੍ਹਾਂ ਦਿਲ ਜਿੱਤੇ ਜਾਣਗੇ, ਕੀ ਕਹਿਣਾ? ਖਰੀਦੇ ਬੰਦੇ ਆ ਜੀ, ਜਿੰਨੇ ਬੰਦੇ ਲਿਆਉਂਦੇ ਆ ਉਹ ਖਰੀਦ ਕੇ ਬੰਦੇ ਆਉਂਦੇ ਆ ਰੈਲੀਆਂ 'ਚ। ਇਹ ਬਿਲਕੁਲ ਕੱਖ ਨਹੀਂ ਹੋਣ ਵਾਲਾ, ਇਹ ਇਹਨਾਂ ਦਾ ਖਤਮ ਹੋ ਚੁੱਕਾ ਸਾਰਾ ਕੁਛ, ਕਿਉਂਕਿ ਇਹਨਾਂ ਜਿੱਥੇ ਕਿਸਾਨਾਂ ਨਾਲ ਧਰੋਹ ਕੀਤਾ ਉੱਥੇ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਵੱਡਾ ਧਰੋਹ। ਜਿਹੜੇ ਨੌਜਵਾਨ ਅੱਗੇ ਅੱਜ ਲੱਗੇ ਹੋਏ ਨੇ, ਜਿਹੜੇ ਮੋਟਰਸਾਈਕਲ ਦੀ ਰੈਲੀ ਕੱਢ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅੱਜ? ਨੌਜਵਾਨਾਂ ਨੂੰ ਸਮਝਣ ਦੀ ਲੋੜ ਆ, ਉਹਨਾਂ ਨੂੰ ਵੇਖਣਾ ਚਾਹੀਦਾ, ਅਗਰ ਜਿਹੜੇ ਕਾਲੇ ਕਾਨੂੰਨ ਇਹ ਰੱਦ ਨਾ ਹੋਏ ਤੇ ਜਿਹੜਾ ਅੰਨਦਾਤਾ ਉਹ ਜਿਹੜਾ ਦੁਨੀਆ ਨੂੰ ਅੰਨ ਮਹੱਈਆ ਕਰਾਉਂਦਾ ਉਹਦੇ ਵਾਸਤੇ ਮੈਂ ਸਮਝਣਾ ਪੂਰੀ ਦੁਨੀਆ ਨੇ ਭੁੱਖੇ ਮਰ ਜਾਣਾ। ਅਬਾਨੀਆਂ ਡਾਨੀਆਂ ਦੇ ਕੋਲੋਂ ਜਿਹੜੀ ਕਿਸਾਨਾਂ ਦੇ ਖੇਤ 'ਚੋਂ ਆਪਾਂ ਛੱਲੀ ਫ੍ਰੀ ਪੁੱਟ ਕੇ ਖਾ ਲੈਂਦੇ ਹਾਂ, ਚੱਬ ਲੈਂਦੇ ਹਾਂ, ਅਤੇ ਉਹ 40-50 ਰੁਪਏ ਦੀ ਵਿਕਦੀ ਆ, ਉਹ ਤੁਸੀਂ ਵੇਖ ਲਓ। ਇਹ ਇਹੋ ਹੀ ਅਸਰ ਹੋ ਜਾਣਾ ਜਿਹੜੇ ਇਸ ਰਸਤੇ ਤੋਂ ਹੀ ਜਾਣਾ ਅੱਜ ਉਹਨਾਂ ਨੇ, ਇਸ ਰਸਤੇ ਤੋਂ ਹੀ ਖਾਸ ਤੌਰ 'ਤੇ ਤੁਸੀਂ ਘੇਰ ਕੇ ਬੈਠੇ ਹੋ, ਇਹ ਕੀ ਵਿਰੋਧ ਕਰੋਗੇ ਤੁਸੀਂ ਜਦੋਂ? ਜੀ ਪੂਰਾ ਵਿਰੋਧ ਕਰਾਂਗੇ, ਪੂਰਾ ਉਹਦੇ ਖਿਲਾਫ ਬੋਲਾਂਗੇ। ਜੋ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਂਦਾ ਉਹ ਪ੍ਰੋਟੈਸਟ ਪੂਰੇ ਤਰੀਕੇ ਨਾਲ ਕਰਾਂਗੇ। ਜੀ ਬਿਲਕੁਲ, ਜਿੱਥੇ ਇੱਕ ਪਾਸੇ ਮੱਤੇਵਾੜਾ ਦੀ ਦਾਣੀ ਮੰਡੀ ਦੇ ਵਿੱਚ ਅੱਜ ਉਹਨਾਂ ਦਾ ਜਿਹੜੀ ਪਬਲਿਕ ਮੀਟਿੰਗ ਹੈ ਸਰਦਾਰ ਬਾਦਲ ਦੀ, ਸੁਖਬੀਰ ਬਾਦਲ ਦੀ, ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਕਿਸਾਨ ਵੀ ਨਜ਼ਰ ਆ ਰਹੇ ਨੇ। ਕਿਸਾਨ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇੱਕ ਪਿੰਡ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦਾ ਸਿੱਧੇ ਤੌਰ 'ਤੇ ਕਹਿਣਾ ਕਿ ਦਿਲ ਤਾਂ ਹੀ ਜਿੱਤੇ ਜਾਣਗੇ ਜਿੰਨਾ ਚਿਰ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਨਹੀਂ ਕਰਾਏ ਜਾਂਦੇ, ਅਤੇ ਦੂਜੇ ਪਾਸੇ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਇਸੇ ਤਰੀਕੇ ਦੇ ਨਾਲ ਉਹਨਾਂ ਵੱਲੋਂ ਜਾਰੀ ਰਹਿਣਗੇ। ਮਕਸਦ ਇੱਕੋ ਇੱਕ ਹੈ, ਖੇਤੀ ਕਾਨੂੰਨ ਰੱਦ ਕਰਵਾਉਣਾ। ਕੈਮਰਾ ਪਰਸਨ ਬੋਬੀ ਦੇ ਨਾਲ ਵਰੁਣ ਸਗੜ, ਦੈਨਿਕ ਸਵੇਰਾ ਟੀਵੀ ਲੁਧਿਆਣਾ।